ਹੈਲੋ ਆਲ ਆਫ ਯੂ ਅੱਜ ਦਾ ਆਪਣਾ ਜਿਹੜਾ ਟੌਪਿਕ ਹੈਗਾ ਜੀ ਉਹ ਹੈਗਾ ਸੋਸ਼ਲ ਐਂਡ ਕਲਚਰ ਮੂਵਮੈਂਟ ਇਹਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਪੜਾਂਗੇ ਜੀ ਮਾਡਰਨ ਹਿਸਟਰੀ ਦਾ ਏ ਟੌਪਿਕ ਹੈ ਤੇ ਏ ਵਾਲੀ ਜਿਹੜੀ ਵੀਡੀਓ ਹੈ ਨੋਟਸ ਦੀ ਆਖਰੀ ਵੀਡੀਓ ਹੋਵੇਗੀ ਸੋ ਇਹਦੇ ਨਾਲ ਜਿਹੜਾ ਆਪਣਾ ਐਸਐਸਟੀ ਦਾ ਜਿਹੜਾ ਸਿਲੇਬਸ ਹੈ ਉਹ ਕਵਰ ਹੋ ਗਿਆ ਜਿੰਦੇ ਵਿੱਚ ਆਪਾਂ ਹਿਸਟਰੀ ਵੀ ਕਵਰ ਕਰ ਲਈ ਹੈ ਪੋਲੀਟੀ ਵੀ ਆਪਣੀ ਕਵਰ ਹੋ ਚੁੱਕੀ ਹੈ ਤੇ ਜੀਓਗ੍ਰਾਫੀ ਵੀ ਕਵਰ ਹੋ ਚੁੱਕੀ ਹੈ ਇਹ ਮਾਡਰਨ ਇੰਡੀਅਨ ਹਿਸਟਰੀ ਦੇ ਨਾਲ ਸੰਬੰਧਿਤ ਲਾਸਟ ਟਾਪਿਕ ਰਹੇਗਾ ਜਿੰਦੇ ਵਿੱਚ ਆਪਾਂ ਜਿਹੜੇ ਵੀ ਅੰਦੋਲਨ ਹੋਏ ਨੇ ਉਹਨਾਂ ਦੇ ਬਾਰੇ ਦੇ ਵਿੱਚ ਪੜਾਂਗੇ ਕਿਹੜੇ ਕਿਹੜੇ ਅੰਦੋਲਨ ਦੇ ਬਾਰੇ ਦੇ ਵਿੱਚ ਪੜਾਂਗੇ ਇੱਕ ਆਪਾਂ ਤਾਂ ਬ੍ਰਹਮੋ ਸਮਾਜ ਦੇ ਬਾਰੇ ਦੇ ਵਿੱਚ ਪੜਾਂਗੇ ਬ੍ਰਹਮੋ ਸਮਾਜ ਤੋਂ ਬਾਅਦ ਆਪਾਂ ਜਿਹੜਾ ਕਵਰ ਆਉ ਕਰਾਂਗੇ ਆਰੀਆ ਸਮਾਜ ਦੇ ਬਾਰੇ ਦੇ ਵਿੱਚ ਪੜਾਂਗੇ ਸੋ ਇਹ ਸਾਰੇ ਇੰਪੋਰਟੈਂਟ ਹੈ ਇਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਆਉ ਪੁੱਛੇ ਜਾਂਦੇ ਨੇ ਥੀਓਸੋਫੀਕਲ ਸੁਸਾਇਟੀ ਦੇ ਬਾਰੇ ਦੇ ਵਿੱਚ ਪੜਾਂਗੇ ਅਲੀਗੜ ਅੰਦੋਲਨ ਦੇ ਬਾਰੇ ਦੇ ਵਿੱਚ ਪੜਾਂਗੇ ਸਿੰਘ ਸਭਾ ਅੰਦੋਲਨ ਦੇ ਬਾਰੇ ਦੇ ਵਿੱਚ ਪੜਾਂਗੇ ਸਤਿਆ ਸੋਧਕ ਸਮਾਜ ਦੇ ਬਾਰੇ ਦੇ ਵਿੱਚ ਪੜਾਂਗੇ ਤੇ ਰਾਮਕ੍ਰਿਸ਼ਨ ਮਿਸ਼ਨ ਦੇ ਬਾਰੇ ਦੇ ਵਿੱਚ ਆਪਾਂ ਪੜਾਂਗੇ ਸੋ ਇਹ ਵਾਲੇ ਜਿਹੜੇ ਟੌਪਿਕ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੇ ਕਵਰ ਆ ਉਹ ਕਰਾਂਗੇ ਤੇ ਇਹਨੂੰ ਆਪਾਂ ਜਿਹੜੇ ਸਟਾਰਟਿੰਗ ਤੋਂ ਇਹਨੂੰ ਜਿਹੜਾ ਆਪਾਂ ਪੜਨਾ ਜਿਹੜਾ ਸਟਾਰਟ ਹੈ ਉਹ ਕਰਦੇ ਆਂ ਸੋ ਜਿਹੜੇ ਵੀ ਸਟੂਡੈਂਟ ਪੀਐਸਟ ਜੈਟ ਦੀ ਤਿਆਰੀ ਕਰ ਰਹੇ ਆ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਹੈਲਪਫੁਲ ਹੈ ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਐਨ ਹਿਸਟਰੀ ਕਰ ਰਹੇ ਆ ਜਾਂ ਗ੍ਰੈਜੂਏਸ਼ਨ ਦੇ ਵਿੱਚ ਜਿਨ੍ਹਾਂ ਕੋਲ ਹਿਸਟਰੀ ਸਬਜੈਕਟ ਹੈ ਉਹਨਾਂ ਸਭ ਦੇ ਲਈ ਇਹ ਵੀਡੀਓ ਹੈਲਪਫੁਲ ਰਹੇਗੀ ਸੋ ਸੋਸ਼ਲ ਕਲਚਰ ਮੂਵਮੈਂਟ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਇਹ ਅੰਦੋਲਨ ਚੱਲਣ ਦੇ ਕਾਰਨ ਕੀ ਕੀ ਨੇ ਕਿਉਂ ਇਹ ਹੋਣ ਦੇ ਵਿੱਚ ਆਏ ਨੇ ਠੀਕ ਹੈ ਇਹਨਾਂ ਦੇ ਬਾਰੇ ਵਿੱਚ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਕਵਰ ਹੈ ਉਹ ਕਰਾਂਗੇ ਫਰਸਟ ਹੈ ਜੀ ਈਸਾਈ ਧਰਮ ਦਾ ਪ੍ਰਚਾਰ 1850 ਵਿੱਚ ਲਾਰਡ ਡਲਹੌਜੀ ਐਕਟ ਲੈ ਕੇ ਆਉਂਦਾ ਹੈ ਲੀ ਲੋਸੀ ਐਕਟ ਸੀਗਾ ਜੀ ਇਸਾਈ ਧਰਮ ਦੇ ਪ੍ਰਚਾਰ ਦੇ ਲਈ ਇੱਕ ਜਿਹੜਾ ਐਕਟ ਲੈ ਕੇ ਆਉਂਦਾ ਜੀ ਲਾਰਡ ਡਲਹੌਜੀ ਸੋ ਇਸਾਈ ਧਰਮ ਦੇ ਪ੍ਰਚਾਰ ਦੇ ਕਾਰਨ ਜਿਹੜੇ ਇਹ ਅੰਦੋਲਨ ਜਿਹੜੇ ਹੋਣ ਦੇ ਵਿੱਚ ਆਉਂਦੇ ਨੇ 1850 ਦੇ ਵਿੱਚ ਲਾਰਡ ਡਲਹੌਜੀ ਇਹਦੇ ਇਸਾਈ ਤਰਮ ਦੇ ਪ੍ਰਚਾਰ ਲਈ ਐਕਟ ਵੀ ਲੈ ਕੇ ਆਉਂਦਾ ਜਿਸ ਦੇ ਵਿਰੋਧ ਦੇ ਵਿੱਚ ਜਿਹੜੇ ਅੰਦੋਲਨ ਵੀ ਚੱਲੇ ਸੀਗੇ ਸੈਕੰਡ ਪੁਆਇੰਟ ਹੈ ਜੀ ਪੱਛਮੀ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਜਿਸ ਦੇ ਕਾਰਨ ਇਥੋਂ ਦਾ ਸਭਿਆਚਾਰ ਖਤਰੇ ਦੇ ਵਿੱਚ ਆ ਗਿਆ ਕੀ ਕੀਤਾ ਅੰਗਰੇਜ਼ਾਂ ਨੇ ਕਿ ਪੱਛਮੀ ਸਿੱਖਿਆ ਪ੍ਰਣਾਲੀ ਉਹ ਲਾਗੂ ਕਰ ਦਿੱਤੀ ਤੇ ਇਸ ਕਰਕੇ ਜਿਹੜਾ ਭਾਰਤੀ ਜਿਹੜੇ ਲੋਕ ਸੀਗੇ ਜੀ ਉਹਨਾਂ ਨੂੰ ਲੱਗਾ ਵੀ ਕਿ ਸਾਡਾ ਸਾਡੇ ਤੇ ਜਿਹੜਾ ਇੱਕ ਪ੍ਰਕਾਰ ਦੇ ਸਾਡੇ ਸਭਿਆਚਾਰ ਤੇ ਜਿਹੜਾ ਇਹ ਹਮਲਾਇਓ ਕਰ ਰਹੇ ਨੇ ਸਾਡਾ ਸਭਿਆਚਾਰ ਇਹਦੇ ਨਾਲ ਜਿਹੜਾ ਹੈ ਉਹ ਡਾਊਨ ਆ ਹੋ ਰਿਹਾ ਹੈ ਸੋ ਇਸ ਕਰਕੇ ਵੀ ਹੂਨ ਦੇ ਵਿੱਚ ਆਏ ਨੈਕਸਟ ਪੁਆਇੰਟ ਹੈ ਜੀ 1835 2 ਫਰਵਰੀ 1835 ਦੇ ਵਿੱਚ ਮਿਕਾਲੇ ਮਿੰਟ ਐਕਟ ਆਇਆ ਜਿਸ ਜਰੀਏ ਅੰਗਰੇਜ਼ੀ ਭਾਸ਼ਾ ਵੀ ਲਿਆਂਦੀ ਗਈ ਇਹਨਾਂ ਨੇ ਅੰਗਰੇਜ਼ੀ ਭਾਸ਼ਾ ਲਿਆਂਦੀ ਮਿਕਾਲੇ ਮਿੰਟ ਐਕਟ ਆਇਆ ਜੀ 2 ਫਰਵਰੀ 1835 ਦੇ ਵਿੱਚ ਨੈਕਸਟ 3rd ਪੁਆਇੰਟ ਹੈ ਅੰਧਵਿਸ਼ਵਾਸ ਰੀਤੀ ਰਿਵਾਜ ਦੇ ਕਾਰਨ ਨਾਵੀਆਂ ਜਿਹੜੇ ਅੰਦੋਲਨ ਹੈ ਉਹ ਚੱਲੇ ਬਹੁਤ ਸਾਰੇ ਅੰਧਵਿਸ਼ਵਾਸੀ ਉਸ ਟਾਈਮ ਦੇ ਵਿੱਚ ਬਹੁਤ ਸਾਰੇ ਜਿਹੜੇ ਰੀਤੀ ਰਿਵਾਜ ਸੀਗੇ ਜੋ ਸਹੀ ਨਹੀਂ ਸੀਗੇ ਉਹਨਾਂ ਦੇ ਕਾਰਨ ਜਿਹੜੇ ਅੰਦੋਲਨ ਹੋਣ ਦੇ ਵਿੱਚ ਆਏ 4 ਨੰਬਰ ਹੈ ਜੀ ਪ੍ਰੈਸ ਦਾ ਰੋਰ ਪ੍ਰੈਸ ਦੇ ਰੋਲ ਦੀ ਗੱਲ ਕਰੀਏ ਨਵੇਂ ਅਖਬਾਰ ਨਵੇਂ ਅਖਬਾਰ ਉਸ ਟਾਈਮ ਦੇ ਵਿੱਚ ਤੇ ਕਿਤਾਬਾਂ ਜਿਹੜੀਆਂ ਛਪੀਆਂ ਸੀਗੀਆਂ ਲੋਕਾਂ ਦੇ ਵਿੱਚ ਜਿਹੜੀ ਜਾਗਰਤੀ ਆ ਉਹ ਆਈ ਸੀਗੀ ਲੋਕਾਂ ਨੂੰ ਜਿਹੜੀ ਹੈ ਜਾਗਰੂਕ ਹੋ ਗਏ ਸੀ ਲੋਕ ਜਿਸ ਕਾਰਨ ਇਹਨਾਂ ਨੇ ਜਿਹੜੇ ਨਵੇਂ ਅੰਦੋਲਨ ਹੈ ਉਹ ਚਲਾਏ ਸੀ ਸੋ ਪ੍ਰੈਸ ਦਾ ਜਿਹੜਾ ਰੋਲ ਵੀ ਹੈਗਾ ਜੀ ਲੋਕਾਂ ਨੂੰ ਜਿਹੜਾ ਜਾਗਰੂਕ ਆ ਉਹ ਕਰਨ ਦੇ ਵਿੱਚ ਠੀਕ ਹੈ ਇਹਦੇ ਲਈ ਜਿਹੜੇ ਕਿਤਾਬਾਂ ਛਪੀਆਂ ਸੀ ਅਖਬਾਰ ਛਪੇ ਸੀ ਲੋਕਾਂ ਦੇ ਵਿੱਚ ਜਾਗਰਤੀ ਆਈ ਸੀ ਜਗ੍ਰੁਤਤਾ ਐਸੀ 3 ਦੇ ਕਰਕੇ ਵੀ ਜਿਹੜੇ ਅੰਦੋਲਨ ਐ ਉਹ ਚੱਲੇ ਸੀ ਇਹ 4 ਪੁਆਇੰਟ ਸੀ ਇੱਕ ਦਾ ਈਸਾਈ ਧਰਮ ਦਾ ਪ੍ਰਚਾਰ ਇੱਕ ਪੱਛਮੀ ਸਿੱਖਿਆ ਪ੍ਰਣਾਲੀ ਇਹਨਾਂ ਨੇ ਲਾਗੂ ਕੀਤੀ ਇੱਕ ਜਿਹੜੇ ਅੰਧ ਵਿਸ਼ਵਾਲੀਤੀ ਰਵਾਸ ਸੀ ਉਹ ਤੇ ਇੱਕ ਪ੍ਰੈਸ ਦਾ ਰੂਲ ਠੀਕ ਹੈ ਇਹ ਕਾਰਨ ਸੀ ਹੁਣ ਆਪਾਂ ਅੰਦੋਲਨ ਤੇ ਸਿੱਧਾ ਚੱਲਦੇ ਆ ਕਿਹੜੇ-ਕਿਹੜੇ ਅੰਦੋਲਨ ਚੱਲੇ ਸੀ ਫਸਟ ਹੈਗਾ ਜੀ ਬ੍ਰਹਮੋ ਸਮਾਜ ਬਹੁਤ ਇੰਪੋਰਟੈਂਟ ਹੈ ਤੇ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਬ੍ਰਹਮੋ ਸਮਾਜ ਦੇ ਜਿਹੜੇ ਸੰਸਥਾਪਕ ਐ ਕੌਣ ਸੀਗੇ ਰਾਜਾਰਾਮ ਮੋਰਾਈ ਸੀਗੇ ਠੀਕ ਹੈ ਇਹਨੂੰ ਇਹਨੂੰ ਆਪਾਂ ਪੜ੍ਹਦੇ ਆ ਬ੍ਰਹਮੋ ਸਮਾਜ ਇਨਾਂ ਤੋਂ ਬਾਅਦ ਮਹਾਰਿਸ਼ੀ ਦੇਵਿੰਦਰਨਾਥ ਟੈਗੋਰ, ਬਾਬੂ ਕੇਸ਼ਵ ਕੇਸ਼ਵ ਚੰਦ ਸਿੰਘ ਨੇ ਬ੍ਰਹਮੋ ਸਮਾਜ ਚਲਾਇਆ ਸੀ। ਸੋ ਰਾਜਾ ਰਾਮ ਮੋਹਰਾਈ ਕਿਸੇ ਨੇ ਦੇ ਸੰਸਥਾਪਕ ਸੀਗੇ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਰਾਜਾ ਰਾਮ ਮੋਹਰਾਈ ਤੋਂ ਬਾਅਦ ਬ੍ਰਹਮੋ ਸਮਾਜ ਨੂੰ ਜਿਹੜਾ ਸੰਭਾਲਿਆ ਗਿਆ ਸੀਗਾ ਨਾ ਤੇ ਉਹ ਹੈਗਾ ਸੀ ਮਹਾਰਿਸ਼ੀ ਦੇਵਿੰਦਰਨਾਥ ਟੈਗੋਰ ਦੇ ਦੁਆਰਾ। ਉਸ ਤੋਂ ਬਾਅਦ ਸੀਗੇ ਬਾਬੂ ਕੇਸ਼ਵ ਚੰਦਰ ਸਿੰਘ। ਇਹਨਾਂ ਨੇ ਜਿਹੜਾ ਬ੍ਰਹਮੋ ਸਮਾਜ ਜਿਹੜਾ ਚਲਾਇਆ ਸੀਗਾ ਰਾਜਾ ਰਾਮ ਮੋਹਰਾਈ ਤੋਂ ਬਾਅਦ। ਰਾਜਾ RAM MOHRAI ਦੀ ਗੱਲ ਕਰੀਏ ਤਾਂ ਰਾਜਾ RAM MOHRAI ਦਾ ਜਿਹੜਾ ਜਨਮ ਸੀ ਉਹ 1772 ਦੇ ਵਿੱਚ ਰਾਧਾਨਗਰ ਹੁਗਲੀ ਜ਼ਿਲ੍ਹਾ ਕਲਕੱਤਾ ਦੇ ਵਿੱਚ ਹੋਇਆ ਸੀ ਰਾਜਾ RAM MOHRAI ਦਾ ਜਿਹੜਾ ਜਨਮ ਹੋਇਆ ਸੀ ਉਹ 1772 ਦੇ ਵਿੱਚ ਹੋਇਆ ਸੀ ਰਾਧਾਨਗਰ ਦੇ ਵਿੱਚ ਹੋਇਆ ਸੀ ਜ਼ਿਲ੍ਹਾ ਸੀਗਾ ਹੁਗਲੀ ਜ਼ਿਲ੍ਹਾ ਸੀਗਾ ਕਲਕੱਤਾ ਬੰਗਾਲ ਦੇ ਵਿੱਚ ਹੋਇਆ ਸੀ ਠੀਕ ਆ ਹੁਗਲੀ ਜ਼ਿਲ੍ਹਾ ਕਲਕੱਤਾ ਬੰਗਾਲ ਦੇ ਵਿੱਚ ਹੋਇਆ ਸੀ ਇਹਨਾਂ ਦੀ ਮੌਤ ਦੀ ਗੱਲ ਕਰੀਏ ਤਾਂ 27 ਸਤੰਬਰ 1833 ਨੂੰ ਬਿਰਸਟਨ ਇੰਗਲੈਂਡ ਦੇ ਵਿੱਚ ਹੋਈ ਸੀ ਇਹਨਾਂ ਦੀ ਜਿਹੜੀ ਮੌਤ ਦੀ ਗੱਲ ਕਰੀਏ ਰਾਜਾਰਾਮ ਮੌਰਾਈ ਦੀ ਜਨਮ ਸਤਾਰ ਸੂਬਤ ਤਵ ਰਾਧਾਨਗਰ ਹੁਗਲੀ ਜ਼ਿਲ੍ਹਾ ਕੋਲਕੱਤਾ ਦੇ ਬੰਗਾਲ ਦੇ ਵਿੱਚ ਹੋਇਆ ਸੀ ਤੇ ਮੌਤ 27 ਸਤੰਬਰ 1833 ਨੂੰ ਬ੍ਰਿਸਟਨ ਇੰਗਲੈਂਡ ਦੇ ਵਿੱਚ ਹੋਈ ਸੀ ਇਹਨਾਂ ਦੇ ਕੰਮ ਕੀ ਸੀ 1828 ਦੇ ਵਿੱਚ ਬ੍ਰਹਮੋ ਸਮਾਜ ਦੀ ਇਹਨਾਂ ਨੇ ਸਥਾਪਨਾ ਕੀਤੀ ਬ੍ਰਹਮਸਮਾਜ ਪੜੇ ਲਿਖੇ ਲੋਕਾਂ ਦੇ ਵਿੱਚ ਜਿਹੜਾ ਜਿਆਦਾ ਜਿਹੜਾ ਪ੍ਰਚਲਿਤ ਆ ਉਹ ਹੋਇਆ ਆ ਆਮ ਲੋਕਾਂ ਦੇ ਵਿੱਚ ਇਹ ਜਿਹੜਾ ਘਟ ਜਿਹੜਾ ਪਾਪੂਲਰ ਆ ਉਹ ਹੋਇਆ ਸੀ 1828 ਦੇ ਵਿੱਚ ਜਿਹੜੀ ਬ੍ਰਹਮਸਮਾਜ ਦੀ ਇਹਨਾਂ ਨੇ ਜਿਹੜੀ ਸਥਾਪਨਾ ਹੈ ਉਹ ਕੀਤੀ ਸੀ ਰਾਜਾ ਰਾਮ ਮੋਹਰਾਈ ਨੇ ਬ੍ਰਹਮਸਮਾਜ ਜਿਹੜਾ ਪੜੇ ਲਿਖੇ ਲੋਕਾਂ ਦੇ ਵਿੱਚ ਜਿਹੜਾ ਜਿਹੜਾ ਜਿਆਦਾ ਜਿਹੜਾ ਪਾਪੂਲਰ ਹੋਇਆ ਸੀ ਤੇ ਆਮ ਲੋਕਾਂ ਦੇ ਵਿੱਚ ਇਹ ਘਟ ਜਿਹੜਾ ਪਾਪੂਲਰ ਹੋਇਆ ਸੀ ਠੀਕ ਹੈ ਜੀ ਨੈਕਸਟ ਹੈ ਜੀ ਭਾਰਤੀ ਜਾਗਰੂਕਤਾ ਦਾ ਪਿਤਾਮਾ ਜੀ ਰਾਜਾ ਰਾਮ ਮੋਹਰਾਈ ਨੂੰ ਕੀ ਕਿਹਾ ਜਾਂਦਾ ਹੈ ਭਾਰਤੀ ਜਿਹੜਾ ਜਾਗਰਤੀ ਜਾਂ ਜਾਗਰੂਕਤਾ ਦਾ ਜਿਹੜਾ ਪਿਤਾਮਾ ਕਿਹਾ ਜਾਂਦਾ ਉਹ ਰਾਜਾ ਰਾਮ 모ਹਰਾ ਹੈ ਨੂੰ ਕਿਹਾ ਜਾਂਦਾ ਹੈ ਨੈਕਸਟ ਇਹਨਾਂ ਨੇ ਕੰਮ ਕੀਤਾ ਸੀ ਸਤੀ ਪ੍ਰਥਾ ਬੋ ਵਿਆਹ ਪ੍ਰਥਾ ਦਾ ਜਿਹੜਾ ਇਹਨਾਂ ਨੇ ਖੰਡਨ ਹੈ ਉਹ ਕੀਤਾ ਸੀਗਾ ਫੋਨ ਨੰਬਰ ਤੇ ਇਹਨਾਂ ਨੇ ਬੰਗਾਲੀ ਸਤੀ ਪ੍ਰਥਾ ਸਮਝ ਰਹੇ ਹੋ ਨਾ ਕਿ ਜਦੋਂ ਉਹਨਾਂ ਦੇ ਹਸਬੰਦ ਦੀ ਡੈਥ ਹੋ ਜਾਂਦੀ ਸੀ ਪੁਰਾਣੇ ਟਾਈਮ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਵਾਈਫ ਹੁੰਦੀ ਸੀ ਉਹਨਾਂ ਨੂੰ ਵੀ ਨਾਲ ਹੀ ਜਿਹੜਾ ਇਹ ਸਾੜ ਦਿੱਤਾ ਜਾਂਦਾ ਸੀ ਹੈਨਾ ਉਹਨ ਦੇ ਪਤੀ ਦੇ ਨਾਲ ਹੀ ਸੋ ਇਹ ਸਤੀ ਪ੍ਰਥਾ ਦਾ ਇਹਨਾਂ ਨੇ ਜਿਹੜਾ ਖੰਡਨ ਕੀਤਾ ਕਿ ਜਿਹੜਾ ਬਹੁ ਵਿਆ ਬਹੁਤ سارے ਇੱਕ ਦੋ ਜ਼ਿਆਦਾ ਵਿਆਹ ਕਰਵਾਏ ਜਾਂਦੇ ਉਸ ਚੀਜ਼ ਦਾ ਇਹਨਾਂ ਨੇ ਵਿਰੋਧ ਕੀਤਾ ਸੀ ਬੰਗਾਲੀ ਭਾਸ਼ਾ ਵਿੱਚ ਇਹਨਾਂ ਨੇ ਸੰਵਾਦ ਕੌਮ ਦੀ ਅਖਬਾਰ ਜਿਹੜਾ ਸ਼ੁਰੂਆਤ ਕੀਤਾ ਸੀ ਬੰਗਾਲੀ ਭਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਸੰਵਾਦ ਕੌਮ ਕੌਮ ਦੀ ਅਖਬਾਰ ਵੀ ਇਹਨਾਂ ਨੇ ਜਿਹੜਾ ਸ਼ੁਰੂਆਤ ਕੀਤਾ ਸੀ ਏਕ ਇਹਨਾਂ ਨੇ ਜਿਹੜਾ ਅਖਬਾਰ ਸ਼ੁਰੂ ਕੀਤਾ ਸੀ ਉਹ ਮਿਰਤੂਲ ਅਖਬਾਰ ਜਿਹੜਾ ਫਾਰਸੀ ਭਾਸ਼ਾ ਦੇ ਵਿੱਚ ਸ਼ੁਰੂ ਕੀਤਾ ਸੀ ਬੰਗਾਲੀ ਭਾਸ਼ਾ ਦੇ ਵਿੱਚ ਇਹਨਾਂ ਨੇ ਸੰਵਾਦ ਕੌਮ ਦੀ ਅਖਬਾਰ ਸ਼ੁਰੂ ਕੀਤਾ ਸੀ ਬੰਗਾਲੀ ਭਾਸ਼ਾ ਦੇ ਵਿੱਚ ਸੰਵਾਦ ਕੌਮ ਦੀ ਅਖਬਾਰ ਸ਼ੁਰੂ ਕੀਤਾ ਸੀ ਮਿਰਤੂਲ ਅਖਬਾਰ ਇਹਨਾਂ ਨੇ ਜਿਹੜਾ ਸੀ ਫਾਰਸੀ ਭਾਸ਼ਾ ਦੇ ਵਿੱਚ ਸ਼ੁਰੂ ਕੀਤਾ ਸੀ ਜੋ ਇਹ ਸੀ ਗਾਜੀ ਆਪਣੇ ਜਿਹੜੇ ਬ੍ਰਹਮ ਸਮਾਜ ਦਾ ਰਾਜਾ ਰਾਮ ਮੋਰਾਏ ਦੇ ਨਾਲ ਸੰਬੰਧਿਤ ਪੁਆਇੰਟ ਹੁਣ ਆਪਾਂ ਜਿਹੜੀ ਗੱਲ ਕਰਾਂਗੇ ਦਵਿੰਦਰਨਾਥ ਠ گور ਦੀ ਠੀਕ ਹੈ ਰਾਜਾ ਰਾਮ ਮੋਰਾਏ ਤੋਂ ਬਾਅਦ ਦਵਿੰਦਰਨਾਥ ਠ گور ਨੇ ਅੰਜਿਹੜਾ ਸੀ ਬ੍ਰਹਮ ਸਮਾਜ ਨੂੰ ਸੰਭਾਲਿਆ ਸੀ ਤੇ ਉਹਨਾਂ ਦੇ ਪਰ ਦੇ ਵਿੱਚ ਆਪਾਂ ਪੜਾਂਗੇ 1838 ਦੇ ਵਿੱਚ ਤਤਵ ਬੋਧਨੀ ਸਭਾ ਦੀ ਇਹਨਾਂ ਨੇ ਸਥਾਪਨਾ ਕੀਤੀ ਸੀ ਦਵਿੰਦਰਨਾਥ ਠ گور ਨੇ 1838 ਦੇ ਵਿੱਚ ਤਤਵ ਬੋਧਨੀ ਸਭਾ ਦੀ ਸਥਾਪਨਾ ਕੀਤੀ ਸੀ ਏ ਉਪਨਿਸ਼ਦ ਤੇ ਵੇਦ ਫਲਸਫੀ ਦੇ ਆਧਾਰਤ ਸੀ ਸੋ ਇਹ ਕਿੰਦੇ ਦੇ ਆਧਾਰ ਸੀ ਉਪਨਿਸ਼ਦ ਤੇ ਵੇਦ ਫਲਸਫੀ ਤੇ ਇਹ ਜਿਹੜੀ ਚੀਜ਼ ਆ ਉਹ ਆਧਾਰਤ ਸੀ ਇਹ ਉਪਨਿਸ਼ਦ ਤੇ ਵੇਦ ਫਲਸਫੀ ਤੇ ਆਧਾਰਤ ਸੀ ਸੈਕੰਡ ਹੈ ਜੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਬ੍ਰਹਮੋ ਸਮਾਜ ਸਿਰਫ Hindu ਬ੍ਰਹਮਣਾ ਤੱਕ ਸੀਮਤ ਨਾ ਰਹੇ ਇਹਨਾਂ ਨੇ ਜਿਹੜੀ ਇਹ ਕੋਸ਼ਿਸ਼ ਕੀਤੀ ਕਿ ਬ੍ਰਹਮੋ ਸਮਾਜ ਹੈ ਜਿਹੜਾ ਉਹ ਸਿਰਫ Hindu ਬ੍ਰਹਮਣਾ ਤੱਕ ਸੀਮਤ ਰਹੇ ਇਸ ਲਈ ਇਹਨਾਂ ਨੇ ਬ੍ਰਹਮੋ ਸਮਾਜ ਦੀ ਅਲੱਗ ਸ਼ਾਖਾ ਆਦ ਬ੍ਰਹਮੋ ਸਮਾਜ ਵੀ ਬਣਾਈ ਸਵੇਕਾ ਕੋਸ਼ਿਸ਼ ਕਰਦੇ ਸੀ ਕਿ ਸਿਰਫ ਜਿਹੜਾ ਬ੍ਰਹਮੋ ਸਮਾਜ ਜਿਹੜਾ ਬਣਾਇਆ ਗਿਆ ਨਾ ਇਹ ਸਿਰਫ Hindu ਬ੍ਰਹਮਣਾ ਤੱਕ ਸੀਮਿਤ ਰਹੇ ਤੇ ਇਸੇ ਦੇ ਲਈ ਇਹਨਾਂ ਨੇ ਜਿਹੜਾ ਸੀ ਆਦ ਬ੍ਰਹਮੋ ਸਮਾਜ ਦੀ ਜਿਹੜੀ ਸਥਾਪਨਾ ਹੈ ਉਹ ਕੀਤੀ। ਨੈਕਸਟ ਹੈ ਜੀ ਕੇਸ਼ਵ ਚੰਦਰ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਕੇਸ਼ਵ ਚੰਦਰ ਸਿੰਘ ਚਾਹੁੰਦੇ ਸੀ ਕਿ ਬ੍ਰਹਮੋ ਸਮਾਜ ਜਿਹੜਾ ਉਹ Hindu ਸਮਾਜ ਤੋਂ ਬਾਹਰ ਵੀ ਪਰਚਲੇਤ ਹੋਵੇ। ਠੀਕ ਹੈ ਦਵਿੰਦਰ ਨਾਥ ਅਗੋਰ ਤੋਂ ਬਾਅਦ ਆਇਆ ਕੇਸ਼ਵ ਚੰਦਰ ਸਿੰਘ। ਕੇਸ਼ਵ ਚੰਦਰ ਸਿੰਘ ਦੇ ਜਿਹੜੇ ਵਿਚਾਰ ਸੀ ਉਹ ਅਲੱਗ ਸੀਗੇ ਜੀ ਦਵਿੰਦਰ ਨਾਥ ਤੋਂ ਉਹ ਚਾਹੁੰਦੇ ਸੀ ਕਿ ਜਿਹੜਾ ਬ੍ਰਹਮੋ ਸਮਾਜ ਹੈ ਉਹ ਹਿੰਦੂ ਸਮਾਜ ਤੋਂ ਜਿਹੜਾ 12ਵੀਂ ਜਿਹੜਾ ਪਰਚਲਿਤ ਹੋਵੇ ਇਸ ਕਰਕੇ ਜਿਹੜਾ ਸੀ ਕੇਸ਼ਵ ਚੰਦਰ ਸੇਨ ਨੇ ਦਿਵਿੰਦਰਨਾਥ ਟੈਗੋਰ ਦੋਨਾਂ ਦੇ ਵਿੱਚ ਜਿਹੜੇ ਕਨਫਲਿਕਟ ਆ ਗਿਆ ਵਿਵਾਦ ਆ ਗਿਆ ਆਪਸ ਦੇ ਵਿੱਚ ਜਿਹੜਾ ਲੜਾਈ ਝਗੜਾ ਹੋ ਗਿਆ ਠੀਕ ਹੈ ਕਨਫਲਿਕਟ ਆ ਗਿਆ ਇੱਕ ਇਹਨਾਂ ਨੇ ਅਲੱਗ ਬ੍ਰਹਮੋ ਸਮਾਜ ਦੀ ਜਿਹੜੀ ਸਥਾਪਨਾ ਹੈ ਉਹ ਕਰ ਲਈ ਜਿਸ ਨੂੰ ਭਾਰਤ ਵਰਸ਼ੀ ਬ੍ਰਹਮੋ ਸਮਾਜ ਕਿਹਾ ਜਾਂਦਾ ਸੋ ਕੇਸ਼ਵ ਚੰਦਰ ਸੇਨ ਨੇ ਕੀ ਕੀਤਾ ਤਾਂ ਅਲੱਗ ਬ੍ਰਹਮੋ ਸਮਾਜ ਦੀ ਜਿਹੜੀ ਸਥਾਪਨਾ ਕੀਤੀ ਜਿਸ ਨੂੰ ਜਿਹੜਾ ਸੀ ਭਾਰਤ ਵਰਸ਼ੀ ਬ੍ਰਹਮੋ ਸਮਾਜ ਕਿਹਾ ਜਾਂਦਾ ਹੈਗਾ ਇਹਨਾਂ ਨੇ 1861 ਦੇ ਵਿੱਚ ਇੰਡੀਅਨ ਮਿਹਰ ਨਾਮ ਦਾ ਅਖਬਾਰ ਵੀ ਚਲਾਇਆ ਸੀ ਸੋ ਕੇਸ਼ਵ ਚੰਦਰ ਸੇਨ ਨੇ ਜਿਹੜਾ ਸੀ 1861 ਦੇ ਵਿੱਚ ਇੰਡੀਅਨ ਮਿਹਰ ਨਾਮ ਦਾ ਜਿਹੜਾ ਅਖਬਾਰ ਵੀ ਚਲਾਇਆ ਸੀ ਜੋ ਅੰਗਰੇਜ਼ੀ ਪਾਸ਼ਾ ਦੇ ਵਿੱਚ ਸੀਗਾ ਸੋ ਇਹ ਕੇਸ਼ਵ ਚੰਦਰ ਸੇਨ ਦੇ ਬਾਰੇ ਦੇ ਵਿੱਚ ਸੀ ਠੀਕ ਹੈ ਤੇ ਦਵਿੰਦਰ ਨਾਥ ਟੈਗੋਰ ਦੇ ਬਾਰੇ ਦੇ ਵਿੱਚ ਤੇ ਇਹ ਆਪਾਂ ਉੱਪਰ ਪੜਿਆ ਸੀ ਰਾਜਾ ਰਾਮ ਮੋਹਰਾਈ ਸੋ ਇਹ ਸੀ ਸਾਰਾ ਬ੍ਰਹਮੋ ਸਮਾਜ ਤੇ ਇਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਆ ਪੁੱਛੇ ਜਾਂਦੇ ਨੇ ਬ੍ਰਹਮੋ ਸਮਾਜ ਵਾਲਾ ਤਾਂ ਕਾਫੀ ਵਾਰ ਜਿਹੜਾ ਕੁਐਸਚਨ ਦੇ ਵਿੱਚ ਜਿਹੜਾ ਪੁੱਛਿਆ ਉਹ ਜਾਂਦਾ ਹੈ ਠੀਕ ਹੈ ਰਾਜਾ ਰਾਮ ਮੋਹਰਾਈ ਦਾ ਸੋ ਇਹਨਾਂ ਨੂੰ ਜ਼ਰੂਰ ਯਾਦ ਰੱਖਿਓ ਨੈਕਸਟ ਆ ਗਿਆ ਜੀ ਆਪਾਂ ਆਰੀਆ ਸਮਾਜ ਦੇ ਬਾਰੇ ਦੇ ਵਿੱਚ ਪੜਾਂਗੇ ਆਰੀਆ ਸਮਾਜ ਇਸ ਦੀ ਸਥਾਪਨਾ ਜਿਹੜੀ ਸੀ Swami Dayanand Saraswati ਦੇ ਦੁਆਰਾ ਕੀਤੀ ਗਈ ਸੀ ਆਰੀਆ ਸਮਾਜ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਉਹ Swami Dayanand Saraswati ਦੇ ਦੁਆਰਾ ਕੀਤੀ ਗਈ ਸੀ ਇਹਨਾਂ ਦਾ ਜਨਮ 1824 ਦੇ ਵਿੱਚ ਕਾਠੀਆ ਵਾਰਡ ਗੁਜਰਾਤ ਦੇ ਵਿੱਚ ਹੋਇਆ ਸੀ ਸੋ ਆਰੀਆ ਸਮਾਜ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ ਆਰੀਆ ਸਮਾਜ ਦੀ ਸਥਾਪਨਾ Swami Dayanand Saraswati ਦੇ ਦੁਆਰਾ ਕੀਤੀ ਗਈ ਸੀ si. Swami Dayanand Saraswati ਦੇ ਦੁਆਰਾ ਕੀਤੀ ਗਈ ਸੀ ਇਹਨਾਂ ਦਾ ਜਨਮ ਸੀ ਜਿਹੜਾ ਇਹ 1824 ਦੇ ਵਿੱਚ ਕਾਠੀਆ ਵਾਰਡ ਦੇ ਵਿੱਚ ਗੁਜਰਾਤ ਦੇ ਵਿੱਚ ਹੋਇਆ ਸੀ ਇਹਨਾਂ ਦਾ ਜਨਮ 1824 ਦੇ ਵਿੱਚ ਕਾਠੀਆਵਾੜ ਗੁਜਰਾਤ ਦੇ ਵਿੱਚ ਹੋਇਆ ਸੀ ਇਹਨਾਂ ਦਾ ਮੂਲ ਨਾਮ ਜਿਹੜਾ ਸੀ ਉਹ ਸ਼ੰਕਰ ਸੀਗਾ ਨਾਮ ਜਿਹੜਾ ਸੀ ਮੂਲ ਸ਼ੰਕਰ ਸੀਗਾ ਇਹਨਾਂ ਦਾ ਨਾਮ ਦਿਯਾਨੰਦ ਸਰਸਵਤੀ ਦਾ ਨਾਮ ਮੂਲ ਸ਼ੰਕਰ ਵੀ ਸੀਗਾ ਇਹਨਾਂ ਦਾ ਨਾਮ ਨੈਕਸਟ ਹੈ ਜੀ 1874 ਦੇ ਵਿੱਚ ਸਤਿਆਾਰਥ ਪ੍ਰਕਾਸ਼ ਕਿਤਾਬ ਇਹਨਾਂ ਨੇ ਲਿਖੀ ਸੀ ਜੋ ਸਤਿਆਾਰਥ ਪ੍ਰਕਾਸ਼ ਕਿਤਾਬ ਲਿਖੀ ਸੀ ਜੀ ਦਿਯਾਨੰਦ ਸਾਸਵਤੀ ਦੀ ਗੱਲ ਆਪਾਂ ਕਰ ਰਹੇ ਆਂ ਆਰੀਆ ਸਮਾਜ ਦੀ ਸਥਾਪਨਾ ਜਿਹਨਾਂ ਨੇ ਕੀਤੀ ਸੀ ਇਹਨਾਂ ਨੇ 1874 ਦੇ ਵਿੱਚ ਸਤਿਆਰਥ ਪ੍ਰਕਾਸ਼ ਕਿਤਾਬ ਲਿਖੀ ਸੀ ਜਿਸ ਵਿੱਚ ਮੂਰਤੀ ਪੂਜਾ ਤੇ ਝੂਠੇ ਰੀਤੀ ਰਿਵਾਜਾਂ ਦੀ ਜਿਹੜੀ ਵਿਰੋਧਤਾ ਹੈ ਉਹ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਮੂਰਤੀ ਪੂਜਾ ਤੇ ਝੂਠੇ ਰੀਤੀ ਰਿਵਾਜਾਂ ਦੀ ਜਿਹੜੀ ਵਿਰੋਧਤਾ ਹੈ ਉਹ ਇਹਨਾਂ ਨੇ ਕੀਤੀ ਸੀ। ਨੈਕਸਟ ਪੁਆਇੰਟ ਹੈ ਜੀ 10 April 1875 ਨੂੰ ਬੰਬਈ ਵਿਖੇ ਆਰੀਆ ਸਮਾਜ ਦੀ ਜਿਹੜੀ ਸਥਾਪਨਾ ਕੀਤੀ ਗਈ 10 April 1875 ਨੂੰ ਕੀ ਸੀ ਬੰਬਈ ਵਿਖੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਗਈ ਸੀ। ਨੈਕਸਟ ਇੰਦਨਾਲਿਸ ਬੰਦ ਪੁਆਇੰਟ ਹੈ ਜੀ 1877 ਦੇ ਵਿੱਚ ਲਾਹੌਰ ਦੇ ਵਿੱਚ ਪ੍ਰਮੁੱਖ ਜਿਹੜਾ ਕੇਂਦਰ ਆ ਉਸਥਾਪਿਤ ਕੀਤਾ ਗਿਆ 1877 ਦੇ ਵਿੱਚ ਲਾਹੌਰ ਵਿੱਚ ਪ੍ਰਮੁੱਖ ਕੇਂਦਰ ਸਥਾਪਿਤ ਕੀਤਾ ਗਿਆ ਨੈਕਸਟ ਪੁਆਇੰਟ ਹੈ ਜੀ ਇੱਕ ਇਸ ਆਰੀਆ ਸਮਾਜ ਦੇ ਪਹਿਲੇ ਪ੍ਰਧਾਨ ਲਾਲਾ ਮੂਲ ਰਾਜ ਬਣੇ ਸੀ ਇਹ ਸਾਰੀਆਂ ਸਮਾਜ ਦੇ ਜਿਹੜੇ ਪਹਿਲੇ ਪ੍ਰਧਾਨ ਬਣੇ ਸੀਗੇ ਉਹ ਬਣੇ ਸੀ ਲਾਲਾ ਮੂਲ ਰਾਜ ਬਣੇ ਸੀਗੇ ਇਹ ਸਾਰੀਆਂ ਸਮਾਜ ਦੇ ਪਹਿਲੇ ਪ੍ਰਧਾਨ ਲਾਲਾ ਮੂਲ ਰਾਜ ਬਣੇ ਸੀ 31 ਅਕਤੂਬਰ 1888 ਨੂੰ ਅਜਮੇਰ ਦੇ ਵਿੱਚ ਸਵਾਮੀ ਦੇ ਆਨੰਦ ਸਸਵਤੀ ਦੀ ਡੈਥ ਹੋ ਜਾਂਦੀ ਹੈ ਸੋ 3 ਅਕਤੂਬਰ 1888 ਦੀ ਗੱਲ ਕਰੀਏ ਤਾਂ 3 ਅਕਤੂਬਰ 1888 ਨੂੰ ਜਿਹੜੀ ਹੈ ਅਜਮੇਰ ਦੇ ਵਿੱਚ ਜਿਹੜੀ ਹੈ ਸਵਾਮੀ ਦੇ ਆਨੰਦ ਜਿਹੜੀ ਸਰਸਵਤੀ ਦੀ ਉਹ ਡੈਥ ਹੈ ਉਹ ਹੋ ਜਾਂਦੀ ਹੈ। ਨੈਕਸਟ ਆਈਏ ਇਸ ਮਾਇਦੇ ਪ੍ਰਮੁਖ ਸਦਾ ਹੰਤਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕੀ ਇਹਨਾਂ ਦੇ ਸਿਧਾਂਤ ਸੀ? ਮੂਰਤੀ ਪੂਜਾ ਦਾ ਖੰਡਨ, ਖੋਖਲੇ ਰੀਤੀ ਰਵਾਜਾਂ ਦਾ ਖੰਡਨ। 1885 ਦੇ ਵਿੱਚ ਲਾਹੌਰ ਦੇ ਵਿੱਚ ਦੇ ਆਨੰਦ ਐਗਲੋ ਵੈਦਿਕ ਸਕੂਲ ਜਿਹੜਾ ਖੋਲਿਆ ਉਹ ਗਿਆ। ਠੀਕ ਹੈ ਇਹ ਮੂਰਤੀ ਪੂਜਾ ਦਾ ਖੰਡਨ ਦੇ ਖੋਖਲੇ ਰੀਤੀ ਰਿਵਾਜਾਂ ਦਾ ਇਹਨਾਂ ਦਾ ਖੰਡਨ ਇਹਨਾਂ ਦਾ ਪ੍ਰਮੁੱਖ ਜਿਹੜੇ ਸਥਾਨ ਸੀ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਇਹਨਾਂ ਨੇ ਕਿਹੜੇ ਕੰਮ ਕੀਤੇ ਸੀ 1885 ਦੇ ਵਿੱਚ ਲਾਹੌਰ ਦੇ ਵਿੱਚ ਜਿਹੜਾ ਸੀ ਇਹਨਾਂ ਨੇ ਦਿਆਨੰਦ ਐਗਲੋਵੈਦਿਕ ਜਿਹੜਾ ਸਕੂਲ ਵੀ ਜਿਹੜਾ ਖੋਲਿਆ ਗਿਆ ਸੀਗਾ ਜੂਨ 1899 ਦੇ ਵਿੱਚ 1889 ਦੇ ਵਿੱਚ ਲਾਹੌਰ ਦੇ ਵਿੱਚ ਜਿਹੜਾ ਕਾਲਜ ਵੀ ਜਿਹੜਾ ਖੋਲਿਆ ਉਹ ਗਿਆ ਸੀ ਜੂਨ 1899 ਦੇ ਵਿੱਚ 1889 ਦੇ ਵਿੱਚ ਲਾਹੌਰ ਦੇ ਵਿੱਚ ਕਾਲਜ ਵੀ ਜਿਹੜਾ ਖੋਲਿਆ ਉਹ ਗਿਆ ਸੀ ਸੋ ਇਹ ਆਰਿਆ ਸਮਾਜ ਦੇ ਪ੍ਰਮੁੱਖ ਸਤਾਂ ਸੀ ਕਿਤੇ ਮੇਨ ਜਿਹੜੇ ਪੁਆਇੰਟ ਸੀਗੇ ਨੈਕਸਟ ਜਿਹੜਾ ਆਪਾਂ ਪੁਆਇੰਟ ਕਰਾਂਗੇ ਜੀ ਅਗਲਾ ਅਗਲਾ ਟੌਪਿਕ ਕਰਾਂਗੇ ਥੀਓਸੋਫੀਕਲ ਸੁਸਾਇਟੀ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਕਵਰ ਆ ਉਹ ਕਰਾਂਗੇ ਥੀਓਸੋਫੀਕਲ ਸੁਸਾਇਟੀ ਇਹਦੇ ਬਾਰੇ ਦੇ ਵਿੱਚ ਪੜ੍ਹਦੇ ਹਾਂ ਜੀ ਇਸ ਦੀ ਸਥਾਪਨਾ 1875 ਦੇ ਵਿੱਚ ਹੋਈ ਸੀ ਇਸ ਦੀ ਸਥਾਪਨਾ ਮੈਡਮ ਐਚ ਪੀ ਸੋ ਬਲਾਵਾਸਕੀ ਅਤੇ ਐਚਐਸ 올ਕூட் ਇਹਨਾਂ ਦੋਹਾਂ ਨੇ ਜਿਹੜੀ ਸੀ ਨਿਊਯਾਰਕ ਯੂਐਸਏ ਦੇ ਵਿੱਚ ਜਿਹੜੀ ਸਥਾਪਨਾ ਕੀਤੀ ਸੀ 1875 ਦੇ ਵਿੱਚ ਦੋਨਾਂ ਦੇ ਨੇਮ ਲਿਖੇ ਹੋਏ ਆ ਮੈਂਸ਼ਨਾਂ ਸਕਰੀਨ ਤੇ ਨੋਟ ਕਰ ਸਕਦੇ ਹਾਂ ਤੁਸੀਂ ਥਿਊਸੋਫੀਕਲ ਸੁਸਾਇਟੀ ਦੀ ਸਥਾਪਨਾ ਸਥਾਪਨਾ ਹੋਈ ਸੀ 1882 ਦੇ ਵਿੱਚ ਅਚਾਰ ਮਦਰਾਸ ਪ੍ਰਮੁੱਖ ਕੇਂਦਰ ਸੀ ਇਹਨਾਂ ਦਾ 1882 ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਮਦਰਾਸ ਜਿਹੜਾ ਸੀ ਪ੍ਰਮੁੱਖ ਕੇਂਦਰ ਸੀ ਇਹਨਾਂ ਦਾ ਐਨਬੀਸੈਂਟ ਨੇ ਪਾਰਟ ਦੇ ਵਿੱਚ ਮਹੱਤਵਪੂਰਨ ਰੋਲ ਰੋਲ ਅਦਾ ਕੀਤਾ ਸੀ ਜਿਹੜੀ ਐਨੀ ਬੀ ਸੈਂਟ ਸੀ ਉਹਨਾਂ ਨੇ ਥਿਊ ਥਿਊਸੋਫੀਕਲ ਸੁਸਾਇਟੀ ਨਾਲ ਸੰਬੰਧ ਜਿਹੜਾ ਮਹੱਤਵਪੂਰਨ ਰੋਲ ਇੰਡੀਆ ਦੇ ਵਿੱਚ ਜਿਹੜਾ ਹੈ ਉਹ ਨਭਾਇਆ ਸੀ ਸੋ ਥਿਊਸੋਫੀਕਲ ਸੁਸਾਇਟੀ ਦੀਆਂ ਜਿਹੜੀਆਂ ਸਿੱਖਿਆਵਾਂ ਕੀ ਜਿਹੜੀਆਂ ਕਿਹੜੀਆਂ ਸੀਗੀਆਂ ਫਰਸਟ ਹੈ ਜੀ ਵਿਸ਼ਵਾਪਾਇਚਾਰਾ ਸਾਰੇ ਆਪਸ ਦੇ ਵਿੱਚ ਭਰਾ ਭਰਾ ਹਨ ਸੈਕਿੰਡ ਬਾਲਵਿਆ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਇਹਨਾਂ ਨੇ ਈਸ਼ਵਰ ਇੱਕ ਹੈ ਸੋ 4 ਨੰਬਰ ਤੇ 1898 ਦੇ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਬਨਾਸ ਦੇ ਵਿੱਚ ਸਥਾਪਨਾ ਕੀਤੀ 1898 ਦੇ ਵਿੱਚ ਕੀ ਕੀਤਾ ਜੀ ਇਹਨਾਂ ਨੇ 1898 ਦੇ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਜਿਹੜੀ ਸਥਾਪਨਾ ਹੈ ਉਹ ਕੀਤੀ 1898 ਦੇ ਵਿੱਚ ਸੈਂਟਰਲ ਹਿੰਦੂ ਕਾਲਜ ਦੀ ਹਿੰਦੂ ਕਾਲਜ ਦੀ ਬਨਾਸ ਦੇ ਵਿੱਚ ਸਥਾਪਨਾ ਕੀਤੀ ਨੈਕਸਟ ਆਪਾਂ ਪੜ੍ਹਦੇ ਹਾਂ ਜੀ ਅਲੀਗੜ੍ਹ ਅੰਦੋਲਨ ਦੇ ਬਾਰੇ ਦੇ ਵਿੱਚ ਇਸ ਦੀ ਸਥਾਪਨਾ ਸਰ ਸૈયਦ ਅਹਿਮਦ ਖਾਨ ਨੇ ਕੀਤੀ ਸੀ ਸੋ ਇਹਨਾਂ ਦੀ ਜਿਹੜੀ ਸਥਾਪਨਾ ਕੀਤੀ ਸੀ ਅਲੀਗੜ੍ਹ ਅੰਦੋਲਨ ਦੀ ਸਾਬਨਾ ਕੀਤੀ ਸੀ ਸਰ সৈয়দ अहमद ਖਾਨ ਨੇ ਕੀਤੀ ਸੀ ਇਸ ਅੰਦੋਲਨ ਦੇ ਉਦੇਸ਼ ਸੀਗੇ ਇਸਲਾਮ ਧਰਮ ਦੇ ਵਿੱਚ ਤਰਕਸ਼ੀਲ ਵਿਚਾਰ ਲੈ ਕੇ ਆਉਣੇ ਸੋ ਇਸ ਅੰਦੋਲਨ ਦੇ ਉਦੇਸ਼ ਕੀ ਸੀਗੇ ਇਸਲਾਮ ਧਰਮ ਦੇ ਵਿੱਚ ਤਰਕਸ਼ੀਲ ਵਿਚਾਰ ਲੈ ਕੇ ਆਉਣੇ ਮੁਸਲਿਮ ਸਮਾਜ ਵਿੱਚ ਸੁਧਾਰ ਲੈ ਕੇ ਆਉਣੇ 1874 ਦੇ ਵਿੱਚ ਮੁਹੰਮ ਦਨ ਐਗਲੋਰੀ ਐਂਟਰ ਸਕੂਲ ਖੋਲਿਆ ਗਿਆ ਅਲੀਗੜ ਦੇ ਵਿੱਚ ਅਲੀਗੜ ਦੇ ਵਿੱਚ 1874 ਦੇ ਵਿੱਚ ਮੁ ਮੁਹੰਮਦਮ ਐਗਲੋਰ ਇੰਟਰਨਲ ਜਿਹੜਾ ਸਕੂਲ ਆ ਉਹ ਖੋਲਿਆ ਗਿਆ ਜੀ ਅਲੀਗਾਰਡ ਦੇ ਵਿੱਚ 1875 ਦੇ ਵਿੱਚ ਇਹ ਕਾਲਜ ਦੇ ਵਿੱਚ ਤਬਦੀਲ ਹੋ ਗਿਆ ਪਹਿਲਾਂ ਸਕੂਲ ਸੀ ਬਾਅਦ ਵਿੱਚ ਇਹ ਕਾਲਜ ਦੇ ਵਿੱਚ ਇਹਨੂੰ ਜਿਹੜਾ ਚੇਂਜ ਆ ਉਹ ਕਰ ਦਿੱਤਾ ਗਿਆ 1920 ਦੇ ਵਿੱਚ ਇਹ ਸਕੂਲ ਹੀ ਜਿਹੜਾ ਯੂਨੀਵਰਸਿਟੀ ਉਹ ਬਣ ਗਿਆ ਪਹਿਲਾਂ ਸਕੂਲ ਸੀ ਫਿਰ ਇਹ ਕਾਲਜ ਬਣ ਗਿਆ ਫਿਰ ਯੂਨੀਵਰਸਿਟੀ ਬਣ ਗਿਆ ਠੀਕ ਹੈ ਇਸ ਜੀ ਅਲੀਗਾਰਡ ਅੰਦੋਲਨ ਦੇ ਬਾਰੇ ਦੇ ਵਿੱਚ ਨੈਕਸਟ ਆਪਾਂ ਪੜਾਂਗੇ ਸਿੰਘ ਸਭਾ ਅੰਦੋਲਨ ਦੇ ਬਾਰੇ ਦੇ ਵਿੱਚ ਸਿੰਘ ਸਭਾ ਅੰਦੋਲਨ 1873 ਦੇ ਵਿੱਚ ਸਿੰਘ ਸਭਾ ਅੰਦੋਲਨ ਦੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਥਾਪਨਾ ਹੋਈ ਹੈ 1873 ਦੇ ਵਿੱਚ ਜਿਹੜੀ ਹੈ ਸਿੰਘ ਸਭਾ ਅੰਦੋਲਨ ਦੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਸਥਾਪਨਾ ਹੋਈ ਹੈ 1873 ਦੇ ਵਿੱਚ ਸਿੰਘ ਸਭਾ ਅੰਦੋਲਨ ਦੀ ਅੰਮ੍ਰਿਤਸਰ ਦੇ ਵਿੱਚ ਸਥਾਪਨਾ ਹੋਈ ਇਸ ਦੇ ਪਹਿਲੇ ਪ੍ਰਧਾਨ ਸੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਇਹਦੇ ਜਿਹੜੇ ਪਹਿਲੇ ਜਿਹੜੇ ਪ੍ਰਧਾਨ ਸੀਗੇ ਠੀਕ ਹੈ ਜੀ ਪਹਿਲੇ ਪ੍ਰਧਾਨ ਸੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਇੰਦਾ ਕੰਮ ਕਿਸੇ ਸਿੰਘ ਸਭਾ ਦੋਲੋਂ ਦਾ ਬੁਰਾਈਆਂ ਦੂਰ ਕਰਨੀਆਂ ਇਸ ਅੰਦੋਲਨ ਦੇ ਕੰਮ ਸੀਗੇ ਸਿੱਖ ਇਤਿਹਾਸ ਲਿਖਾਉਣਾ ਠੀਕ ਹੈ ਜੀ ਬੁਰਾਈਆਂ ਦੂਰ ਕਰਨੀਆਂ ਇਸ ਅੰਦੋਲਨ ਦੇ ਜਿਹਦਾ ਕੰਮ ਸੀਗਾ ਠੀਕ ਹੈ ਜੀ ਤੇ ਸਿੱਖ ਇਤਿਹਾਸ ਲਿਖਾਉਣਾ ਵੀ ਇੰਦਾ ਜਿਹੜਾ ਕੰਮ ਸੀਗਾ ਨੈਕਸਟ ਪੁਆਇੰਟ ਹੈ ਜੀ ਲਾਹੌਰ ਦੇ ਵਿੱਚ 1879 ਦੇ ਵਿੱਚ ਸਿੰਘ ਸਭਾ ਬਣੀ ਸੀ ਲਾਹੌਰ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ 1879 ਦੇ ਵਿੱਚ ਜਿਹੜੀ ਸਿੰਘ ਸਭਾ ਉਹ ਬਣੀ ਸੀ ਇਸ ਦੇ ਮੁਖੀ ਜਿਹੜੇ ਸੀਗੇ ਦੀਵਾਨ ਬੂਟਾ ਸਿੰਘ ਸਨ ਉਹ ਲਾਹੌਰ ਦੇ ਵਿੱਚ 1879 ਦੇ ਵਿੱਚ ਜਿਹੜੀ ਸੀ ਸਿੰਘ ਸਭਾ ਬਣੀ ਸੀ ਤੇ ਇਹਦੇ ਮੁਖੀ ਸੀ ਦੀਵਾਨ ਬੂਟਾ ਸਿੰਘ ਸਨ ਅਪ੍ਰੈਲ 1883 ਦੇ ਵਿੱਚ ਕੇਂਦਰੀ ਸਿੰਘ ਸਭਾ ਬਣੀ ਸੀ ਅਪ੍ਰੈਲ ਅਪ੍ਰੈਲ 1883 ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਅਪ੍ਰੈਲ 1883 ਦੇ ਵਿੱਚ ਕੇਂਦਰੀ ਸਿੰਘ ਸਭਾ ਬਣੀ ਸੀ ਜਿਸ ਨੂੰ ਦੀਵਾਨ ਖਾਲਸਾ ਅੰਮ੍ਰਿਤਸਰ ਕਿਹਾ ਜਾਂਦਾ ਹੈ ਇਸ ਦੇ ਪਹਿਲੇ ਪ੍ਰਧਾਨ ਬਾਬਾ ਖੀਮ ਸਿੰਘ ਬੇਦੀ ਸਨ ਸਪ੍ਰੈਲ so, 1883 ਦੇ ਵਿੱਚ ਜਿਹੜੀ ਸੀ ਸਪ੍ਰੈਲ 1883 ਦੇ ਵਿੱਚ ਕੇਂਦਰੀ ਸਿੰਘ ਸਭਾ ਬਣੀ ਸੀ ਕੇਂਦਰੀ ਸਿੰਘ ਸਭਾ ਬਣੀ ਸੀਗੀ ਸਪ੍ਰੈਲ 1883 ਦੇ ਵਿੱਚ ਜਿਸ ਨੂੰ ਦੀਵਾਨ ਖਾਲਸਾ ਅੰਮ੍ਰਿਤਸਰ ਜਿਸ ਨੂੰ ਦੀਵਾਨ ਖਾਲਸਾ ਅੰਮ੍ਰਿਤਸਰ ਕਿਹਾ ਜਾਂਦਾ ਹੈ ਇਸ ਦੇ ਪਹਿਲੇ ਪ੍ਰਧਾਨ ਬਾਬਾ ਖੀਮ ਸਿੰਘ ਬੀਦੀ ਸਨ ਇਸ ਦੇ ਪਹਿਲੇ ਪ੍ਰਧਾਨ ਬਾਬਾ ਖੀਮ ਸਿੰਘ ਬੀਦੀ ਸਨ ਇੰਨੇ ਨਾਲ ਹੀ ਪੁਆਇੰਟ ਹੈ ਜੀ ਇਸੇ ਸੰਸਥਾ ਦੇ ਤਹਿਤ 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਜਿਹੜੀ ਸਥਾਪਨਾ ਹੋਈ ਸੀ ਇਸੇ ਸੰਸਥਾ ਦੇ ਤਹਿਤ ਹੋਈ ਸੀ 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਜਿਹੜੀ ਸਥਾਪਨਾ ਹੋਈ ਸੀ ਇਸੇ ਸੰਸਥਾ ਦੇ ਤਹਿਤ 1892 ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਹੋਈ ਨੈਕਸਟ ਹੈ ਜੀ ਸਤਿਆ ਸੋਧਕ ਸਮਾਜ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਤਿਆ ਸੋਧਕ ਸਮਾਜ 24 ਸਤੰਬਰ 1873 ਪੁਨਾ ਦੇ ਵਿੱਚ ਸਥਾਪਨਾ ਹੋਈ ਸੀ ਸਤਿਆ ਸੋਧਕ ਸਮਾਜ ਦੇ ਸਤਿਆਸੋਦਕ ਸਮਾਜ ਦੀ ਸਥਾਪਨਾ ਹੁੰਦੀ ਹੈ ਜੀ 24 ਸਤੰਬਰ 1873 ਦੇ ਵਿੱਚ ਪੂਨਾ ਦੇ ਵਿੱਚ ਸਥਾਪਨਾ ਹੋਈ ਹੈ ਇਸ ਦੀ ਸਥਾਪਨਾ ਜਿਹੜੀ ਸੀ ਉਹ ਜੋਤੀਬਾ ਫੁੱਲੇ ਨੇ ਕੀਤੀ ਸੀ ਸਤਿਆਸੋਦਕ ਸਮਾਜ ਉਹ ਸਤਿਆਸੋਦਕ ਸਮਾਜ ਜਿਹੜੀ ਸਥਾਪਨਾ ਹੋਈ ਸੀ ਉਹ 24 ਸਤੰਬਰ 1873 ਨੂੰ 24 ਸਤੰਬਰ 1873 ਪੂਨਾ ਦੇ ਵਿੱਚ ਹੋਈ ਸੀ ਇਸ ਦੀ ਸਥਾਪਨਾ ਜੋਤੀਬਾ ਫੁੱਲੇ ਨੇ ਕੀਤੀ ਸੀ ਇਹ ਸੰਸਥਾ Dalit ਵਰਗ ਦੇ ਨਾਲ ਸੰਬੰਧਤ ਸੀਗੀ ਇਸ ਦੇ ਅਹ ਦਲਿਤ ਵਰਗ ਦੇ ਜਿਹੜੇ ਲੋਕ ਸੀ ਉਹਨਾਂ ਦੇ ਜੀਵਨ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਅਤੇ ਉਹਨਾਂ ਦਾ ਜਿਹੜਾ ਉਥਾਨ ਕਰਨ ਦੇ ਲਈ ਜਿਹੜਾ ਇਹ ਸਮਾਜ ਆ ਉਹ ਬਣਾਇਆ ਗਿਆ ਸੀਗਾ ਠੀਕ ਹੈ ਜੀ ਅਹ ਦਲਿਤ ਲੋਕਾਂ ਦੇ ਲਈ ਸੀ ਸਤਿਆ ਸੋਦਕ ਸਮਾਜ ਬਣਾਇਆ ਗਿਆ ਸੀ ਜੋਤੀਬਾ ਫੂਲੇਤੇ ਦੁਆਰਾ ਸੋ ਇੱਕ ਆਪਾਂ ਪੜਾਂਗੇ ਜੀ ਡਾਕਟਰ ਬੀ ਆਰ ਅੰਬੇਦਕਰ ਨੇ ਵੀ ਜਿਹੜੇ ਬਹੁਤ ਸਾਰੇ ਜਿਹੜੇ ਕੰਮ ਆ ਉਹ ਕੀਤੇ ਸੀ ਡਾਕਟਰ ਬੀ ਆਰ ਅੰਬੇਦਕਰ ਨੇ ਵੀ ਦਲਿਤ ਲੋਕਾਂ ਲਈ ਬਹੁਤ ਸਾਰੇ ਜਿਹੜੇ ਕੰਮ ਆ ਉਹ ਕੀਤੇ ਸੀ ਮੂਕ ਨਾਇਕ ਜਿਹੜਾ ਰਸਾਲਾ ਵੀ ਚਲਾਇਆ ਗਿਆ ਸੀ ਚਲਾਇਆ ਸੀ ਜਨਵਰੀ 1920 ਮਰਾਠੀ ਪਾਛਾ ਦੇ ਵਿੱਚ ਇਸ ਨੂੰ ਜਿਹੜਾ ਪਬਲਿਸ਼ ਆ ਉਹ ਕੀਤਾ ਸੀਗਾ ਜੁਲਾਈ 1924 ਦੇ ਵਿੱਚ ਬਹਿਸ਼ਕ੍ਰਿਤ ਹਿਤਕਾਰਨੀ ਜਿਹੜੀ ਸਭਾ ਦੀ ਜਿਹੜੀ ਸਥਾਪਨਾ ਹੈ ਉਹ ਕੀਤੀ ਸੀਗੀ ਠੀਕ ਹੈ ਸਮਾਜ ਸਮਤ ਸੰਗ ਸਤੰਬਰ 1927 ਦੇ ਵਿੱਚ ਜਿਹੜੀ ਸਥਾਪਨਾ ਇਹਦੀ ਹੋਈ ਸੀ ਠੀਕ ਹੈ ਇੱਕਦਮ ਮੂਕ ਨਾਇਕ ਰਸਾਲਾ ਚਲਾਇਆ ਗਿਆ ਸੀਗਾ 1920 ਦੇ ਵਿੱਚ ਮਰਾਠੀ ਪਾਚੇ ਦੇ ਵਿੱਚ ਇਹਨੂੰ ਪਬਲਿਸ਼ ਕੀਤਾ ਸੀ ਜੁਲਾਈ 1924 ਦੇ ਵਿੱਚ ਬਿਅਸ਼ਕ ਰਿਹਤ ਇਕਾਰਨੀ ਸਭਾ ਦੀ ਸਥਾਪਨਾ ਕੀਤੀ ਸੀ ਸਮਾਜ ਸਮਤ ਸੰਗ ਸਤੰਬਰ 1927 ਦੇ ਵਿੱਚ ਸਥਾਪਨਾ ਕੀਤੀ ਗਈ ਸੀ ਨੈਕਸਟ ਆਪਾਂ ਕਰਦੇ ਹਾਂ ਜੀ ਰਾਮਕ੍ਰਿਸ਼ਨ ਮਿਸ਼ਨ ਦੇ ਬਾਰੇ ਦੇ ਵਿੱਚ ਪੜ੍ਹਦੇ ਹਾਂ ਇਸ ਦੀ ਜਿਹੜੀ ਸਥਾਪਨਾ ਸੀ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੇ ਦੁਆਰਾ ਕੀਤੀ ਗਈ ਸੀ ਇਸ ਦੀ ਇਸ ਦੀ ਸਥਾਪਨਾ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਦੇ ਦੁਆਰਾ ਕੀਤੀ ਗਈ ਸੀ ਇਹਨਾਂ ਦਾ ਸਮਾਂ 1836 ਤੋਂ ਲੈ ਕੇ 1886 ਸੀ ਇਸ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ RAM KRISHNA MISSION ਦੀ ਇਸ ਦੀ ਸਥਾਪਨਾ ਸ਼੍ਰੀ RAM KRISHNAN PARMAHANSA ਦੇ ਦੁਆਰਾ ਕੀਤੀ ਗਈ ਸੀ ਇਹਨਾਂ ਦਾ ਜਿਹੜਾ ਸਮਾਂ ਸੀ 1836 ਤੋਂ ਲੈ ਕੇ 1886 ਸੀਗਾ। ਸਵਾਮੀ ਵਿਵੇਕਾਨੰਦ RAM KRISHNAN MISSION ਦੇ ਜਿਹੜੇ ਚੇਲੇ ਸੀਗੇ। ਸੋ RAM KRISHNAN MISSION ਦੇ ਪਰਮਹੰਸ ਦੇ ਜਿਹੜੇ ਚੇਲੇ ਸੀ ਇੱਥੇ ਥੋੜਾ ਜਿਹਾ ਗਲਤ ਲਿਖੀ ਹੋਈ ਵਾਰਡਿੰਗ ਐ ਨੂੰ ਸਹੀ ਕਰ ਲੋ ਜੀ। ਇੱਥੇ ਪਰਮਹੰਸ ਆਊਗਾ ਠੀਕ ਹੈ। ਸਵਾਮੀ ਵਿਵੇਕਾਨੰਦ ਜਿਹੜੇ ਸੀ RAM KRISHNAN PARMAHANSA ਦੇ ਜਿਹੜੇ ਚੇਲੇ ਸੀ ਠੀਕ ਹੈ ਸਵਾਮੀ ਵਿਵੇਕਾਨੰਦ ਜਿਹੜੇ ਸੀ ਰਾਮਕ੍ਰਿਸ਼ਨ ਪਰਮਹੰਸ ਦੇ ਜਿਹੜੇ ਚੇਲੇ ਸੀ 1883 ਦੇ ਵਿੱਚ ਜਿਹੜੇ ਚੇਲੇ ਆ ਉਹ ਬਣੇ ਸੀ ਰਾਮਕ੍ਰਿਸ਼ਨ ਮਿਸ਼ਨ ਸਵਾਮੀ ਵਿਵੇਕਾਨੰਦ ਚੇਲੇ ਸੀ 1883 ਦੇ ਵਿੱਚ ਬਣੀ ਸੀ ਸਵਾਮੀ ਵਿਵੇਕਾਨੰਦ ਨੇ 1893 ਦੇ ਵਿੱਚ ਜਿਹੜਾ ਸੀ ਸ਼ਿਕਾਗੋ ਅਮਰੀਕਾ ਦੇ ਵਿੱਚ ਸੰਸਾਰ ਧਰਮ ਸੰਸਦ ਜਿਹੜਾ ਸਮੇਲਨ ਹੋਇਆ ਸੀਗਾ ਉੱਥੇ ਜਿਹੜਾ ਉਹਨਾਂ ਨੇ ਸੰਬੋਧਨ ਕੀਤਾ ਸੀ ਤੇ ਵਿਸ਼ਾ ਪਾਈ ਚਲਦੀ ਜਿਹੜੀ ਗੱਲ ਆ ਉਹ ਕੀਤੀ ਸੀ ਸੋ ਸੋ ਆਮੀ ਵੇਕਨਾਂ ਦੇ ਜਿਹੜੇ ਰਾਮਕ੍ਰਿਸ਼ਨ ਪਰਮਹੰਸ ਦੇ ਜਿਹੜੇ ਚੇਲੇ ਸੀ ਇਹਨਾਂ ਨੇ 1893 ਦੇ ਵਿੱਚ ਸ਼ਿਕੰਗੋ ਅਮਰੀਕਾ ਦੇ ਵਿੱਚ ਜਿਹੜਾ ਸੀ ਸੰਸਾਰ ਧਰਮ ਜਿਹੜਾ ਸੰਮੇਲਨ ਹੋਇਆ ਸੀ ਸੰਸਾਰ ਧਰਮ ਸੰਮੇਲਨ ਹੋਇਆ ਸੀ ਉੱਥੇ ਇਹਨਾਂ ਨੇ ਸੰਬੋਧਨ ਕੀਤਾ ਸੀ ਤੇ ਵਿਸ਼ਵ ਚਪਾਈ ਚਾਰੇ ਦੀ ਜਿਹੜੀ ਗੱਲ ਹੈ ਉਹ ਕੀਤੀ ਸੀ ਰਾਮਕ੍ਰਿਸ਼ਨ ਮਿਸ਼ਨ ਦੇ ਜਿਹੜੇ ਦੋ ਪ੍ਰਮੁੱਖ ਜਿਹੜੇ ਸੈਂਟਰ ਸੀਗੇ ਰਾਮਕ੍ਰਿਸ਼ਨ ਮਿਸ਼ਨ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਦੋ ਪ੍ਰਮੁੱਖ ਸੈਂਟਰ ਸੀ ਬੈਲੂਰ ਕਲਕੱਤਾ ਤੇ ਅਲਮੋੜਾ ਠੀਕ ਹੈ ਬੈਲੂਰ ਕਲਕੱਤਾ ਤੇ ਅਲਮੋੜਾ ਇਹ ਦੋ ਜਿਹੜੇ ਪ੍ਰਮੁੱਖ ਸੈਂਟਰ ਸੀਗੇ ਬੈਲੂਰ ਕਲਕੱਤਾ ਤੇ ਅਲਮੋੜਾ ਠੀਕ ਹੈ ਦੋ ਪ੍ਰਮੁੱਖ ਸੈਂਟਰ ਸੀ ਰਾਮਕ੍ਰਿਸ਼ਨ ਮਿਸ਼ਨ ਦੇ ਬੈਲੂਰ ਕਲਕੱਤਾ ਤੇ ਅਲਮੋੜਾ ਸੋ ਇਹ ਆਪਣਾ ਸੀਗਾ ਜੀ ਰਾਮਕ੍ਰਿਸ਼ਨ ਮਿਸ਼ਨ ਦੇ ਬਾਰੇ ਦੇ ਵਿੱਚ ਤੇ ਇਹ ਹੋ ਗਿਆ ਜੀ ਆਪਣਾ ਹਾਂਜੀ ਕੰਪਲੀਟ ਹੋ ਗਿਆ ਸੋ ਹੁਣ ਆਪਾਂ ਕੀ ਕੋਈ ਪੜਿਆ ਜੀ ਰਾਮਕ੍ਰਿਸ਼ਨ ਮਿਸ਼ਨ ਦੇ ਬਾਰੇ ਦੇ ਵਿੱਚ ਪੜਿਆ ਡਾਕਟਰ ਬੀ ਆਰ ਅੰਬੇਦਕਰ ਸਤਿਆਸੁਧਿਕ ਸਮਾਜ ਸਿੰਘ ਸਭਾ ਅੰਦੋਲਨ ਪੜਿਆ ਅਲੀਗੜ੍ਹ ਅੰਦੋਲਨ ਦੇ ਬਾਰੇ ਦੇ ਵਿੱਚ ਆਪਾਂ ਪੜਿਆ ਜੀ ਥੀਓਸੋਫੀਕਲ ਸੁਸਾਇਟੀ ਦੇ ਬਾਰੇ ਦੇ ਵਿੱਚ ਆਪਾਂ ਪੜਿਆ ਆਰ.ਐਸ. ਮਸ ਦੇ ਬਾਰੇ ਦੇ ਵਿੱਚ ਆਪਾਂ ਪੜਿਆ ਜੀ ਤੇ ਬ੍ਰਹਮੋ ਸਮਾਧਿਵਤ ਬਾਰੇ ਦੇ ਵਿੱਚ ਪੜਿਆ ਇਹ ਸਾਰੇ ਦੇ ਸਾਰੇ ਜਿੰਨੇ ਵੀ ਅੰਦੋਲਨ ਹੋਏ ਨੇ ਸਾਰੇ ਹੀ ਇੰਪੋਰਟੈਂਟ ਆ ਤੇ ਇਹਨਾਂ ਦੇ ਵਿੱਚੋਂ ਜਿਹੜੇ ਕੁਐਸਚਨ ਆ ਪੁੱਛੇ ਜਾਂਦੇ ਨੇ ਸੋ ਇਹ ਸੀ ਆਪਣੀ ਲਾਸਟ ਵੀਡੀਓ ਹਿਸਟਰੀ ਦੇ ਨਾਲ ਸੰਬੰਧਿਤ ਠੀਕ ਹੈ ਜੀ ਮਾਡਰਨ ਇੰਡੀਅਨ ਹਿਸਟਰੀ ਨਾਲ ਸੰਬੰਧਿਤ ਆਪਣੀ ਏਸ਼ੀਅਨ ਇੰਡੀਅਨ ਹਿਸਟਰੀ ਹੋ ਗਈ ਆ ਮੀਡੀਵਲ ਇੰਡੀਅਨ ਹਿਸਟਰੀ ਕਵਰ ਹੋ ਗਈ ਆ ਇਆ ਪ੍ਰੀ ਮਾਡਰਨ ਇੰਡੀਅਨ ਹਿਸਟਰੀ ਸੀ ਦੇ ਜਿਹੜੀ ਕਵਰ ਆ ਉਹ ਹੋ ਗਈ ਹੈ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਨਵੀਆਂ ਵੀਡੀਓਜ਼ ਮੈਂ ਅਪਲੋਡ ਕਰਾਂ ਤਾਂ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਥੈਂਕਸ ਫॉर ਵਾਚਿੰਗ